हेलो गाइस, गुड आफ्टरनून सारे नू, वेलकम बैक टू चैनल। सो गाइस आज दा व्लॉग देखो कितने बजे स्टार्ट करने ही 6:16 हैं, 24/4/1992 जज बड़ा पुराना गाइस। आज व्लॉग लेट शूट स्टार्ट करने का कारण भी अपना बनिया प्रोग्राम जिहा फोन लैन दा एक अपने सजन वेली को चले वेखन जे बन गई गलत लै ही होना। सो थोड़ा लेट हो गया जान अज क्योंकि डील करते करते काम लेट बड़ा हो गया। सो फोन मैं व्लॉग सारा ता शूट करने आईफोन क्योंकि तो सिर्फ बाद एयर ड्रॉप कर लेना वा तो वैसे तुम्हें पता भी आईफोन का कैमरा ब्लॉग का वक्रा नजारा आता कर कटता। सो गाइस कच्चा पक्का आप क्रॉस कर गए हैं तो हरी क्या तो होंगे सीधे सभरावाले फोन जा जाना ना सीधे सभरावान सभरावान फोन लैके तो आप वापस आ जाना आके 8 गाइस बाद लाइव ही आना। सो ता करके जाए थोड़ा निका सभरा समॉल समॉल ਜਿਹੜਾ ਪੱਟੀ ਵਾਲਾ ਸਭਰਾ ਵਾ ਪੱਕਾ ਪਤਾ ਹੋਣਾ ਨਾ ਪੱਟੀ ਵਾਲਾ ਨਹੀਂ ਸਮਾਲ ਛੋਟਾ ਛੋਟਾ ਦੂਜਾ ਪਾਰਲਾ ਮੱਲਾ ਮੱਲਾ ਵਾਲਾ ਪਤਾ ਨਹੀਂ ਕਿਹੜਾ ਯਾਰ ਸਭਰਾ ਆ ਖੰਡਾ ਜੱਜ ਤੇ ਉੱਤ ਜਾ ਤਾਂ ਦਿਖਾਉਣੇ ਆ ਕਿਹੜਾ ਫੋਨ ਲੈ ਚੱਲੇ ਆ ਕੀ ਹਿਸਾਬ ਦਾ ਆ ਜੱਜ ਆਧਾਰ ਕਾਰਡ ਜੱਜ ਅਪਡੇਟ ਹੀ ਕਰਾਇਆ ਨੰਬਰ ਲਿੰਕ ਕਰਾਇਆ ਨਹੀਂ ਕਰਾਇਆ ਇਹਨੇ ਨਹੀਂ ਕਰਾਇਆ ਲਿੰਕ ਨਹੀਂ ਉਹ ਕਹਿੰਦੇ ਨਹੀਂ ਉਹ ਤਾਂ ਆਪਾਂ ਜਦੋਂ ਕੇਵਾਈਸੀ ਪਤਾ ਹੀ ਉਹਨੂੰ ਦੇਰੀ ਹੋਣ ਲਈ ਫੋਨ ਭਰਾਵਾ ਭਰਾਵਾ ਆਧਾਰ ਕਾਰਡ ਅਪਡੇਟ ਕਰਾ ਮੋਦੀ ਵਾਲੀ ਜਿਹੜਾ ਤੇਰੇ ਪੈਸੇ ਨਹੀਂ ਆਉਣ ਦੇ ਤਾਂ ਹੀ ਨਹੀਂ ਆਉਣ ਦੇ ਤੇਰੀ ਤੂੰ ਆਧਾਰ ਨੰਬਰ ਲਿੰਕ ਹੀ ਨਹੀਂ ਕਰਾਇਆ ਉਹ ਕਿਦੋਂ ਆ मेरी गल सुन इस भराओ जो राज पुल चो पैन मुड़ जाना राहुल बड़े दिन बाद ब्लॉग च आया तो तुम पता ही है भी हम ब्लॉग में थोड़ी चलन की ढिल मंजा अच थोड़ी होनी चाहते भीर नरोड़ा तो दिल लागे बैठे 120 जाते जाते कोई नहीं सड़क खाली वेख जाते करना। चलो कोई नहीं गाइस तुम मिलते सीधा सभरा भी जाके आ जाओ गाइस वो देखो ऑफ रोडिंग हो रही है सारा पूरा वाड़ के बैठे शाह होनी रीला रूला शूट कर डे जी अज तक गाइस बेड़ी भी आन डी है सारे बने पानी पानी हो गया जो मैं राहुल लगे ना उदो जन सिरा काम इतने सारा ही गड्डी वेख्या इधर भी सारे बने पानी पानी दीदा चल जा चलो हम सिर्फ इको दर खोल लिया दरियाल इधर मघु एरिए हरी के साइड ही मिलते हैं भूंड भाण जी वेखन मघु मघु वाल जीरे हरी के क्योंकि आ सारा दरिया का एरिया जिधर आप जान डे ना सभना भी ये सारा दरिया का एरिया बाकी है ना कि इलाके च नहीं पानी आता तो पर जो बन तो पर आ जाता पानी आज मोड़ ही मोड़ ही बड़ा गंदा जहा जान फाइनली डेस्टिनेशन पहुंच गए आप फतेहगढ़ सभरा कि कहना तू शाम
ਸ਼ਾਮ ਸਿੰਘ ਧਾਰੀ ਵਾਲੇ ਦਾ ਪਿੰਡ ਜਾਏ ਕੋਠੀ ਕਹਿੰਦਾ ਬਾਹਰ ਐਂਡ ਪਾਈਏ ਜਾਣ ਪੱਕਾ ਬਾਹਰ ਬੂਹਰ ਗਏ ਜੇ ਬੰਦੇ ਤੇ ਇੱਥੋਂ ਹੁਣ ਤੁਹਾਨੂੰ ਫੋਨ ਚੈੱਕ ਕਰਦੇ ਬਾਕੀ ਰਾਹੁਲ ਦਾ ਫੋਨ ਬੰਦ ਹੋਣ ਵਾਲਾ ਮੈਨੂੰ ਲੱਗਦਾ ਉਹ ਹੀ ਰਾਜਾ ਕਿ ਹੋਰ ਕੋਈ ਆ ਚਲੋ ਠੀਕ ਆ ਬਾਕੀ ਰਾਹੁਲ ਦਾ ਫੋਨ ਉੱਥੇ ਚਾਰ ਦੋ ਮਿੰਟ ਲਾ ਲਾਂਗੇ ਦੁਕਾਨ ਹੋਊਗਾ ਘਰ ਘੁਰ ਉਹਦਾ ਕਿਸੇ ਦਾ ਅਮੀਰ ਦਾ ਲੋ ਗਾਇਸ ਗੱਲ ਬਣ ਗਈ ਜੇ ਡਨ ਹੋ ਗਿਆ ਫੋਨ ਆਪਣਾ ਤੇ 15 ਪ੍ਰੋ ਗਾਇਸ ਲਿਆ ਜਾ ਆਪਾਂ ਹੁਣ ਤੇ ਪੈਸੇ ਯਾਰ ਭਾਈ ਨੇ ਗਏ ਨਹੀਂ ਲਏ ਕਾਫੀ ਖਾਸੇ ਨੋਟ ਲੱਗ ਗਏ ਹਾਂ ਰਾਹੁਲ ਕਿੱਦਾਂ ਹਰ ਹੁਣ ਤੈਨੂੰ ਵੀ ਲੈ ਦਈਏ ਆਪਾਂ ਕੱਲ ਪਰਸੋਂ ਠੀਕ ਆ ਇਹ ਜਾਣਾ ਇੱਥੇ ਨਹੀਂ ਗੁੱਪ ਚ ਘੁੰਮ ਘੁੰਮ ਜਾਣਾ ਕੀ ਹੋਇਆ ਇਹਨੂੰ ਚਲਾ ਦੋਗੇ ਇਹਨੂੰ ਕੀ ਹੋਇਆ ਇਹਨੂੰ ਬਿਮਾਰੀ ਨਹੀਂ ਗਲਿਆ ਪੰਪ ਤੇ ਨਹੀਂ ਚੱਲਿਆ ਗਈ ਚਲੋ ਠੀਕ ਆ ਹੁਣ ਇੱਕੋ ਥਾਂ ਚਲਾ ਲਿਓ ਭਰਾ ਜੇ ਠੇਕੇ ਚੱਲਦਾ ਚਲਾ ਲਿਓ ਨਹੀਂ ਤੇ ਮੇਰੇ ਤੋਂ ਘਰ ਉਹ ਘਰੇ ਚੱਲ ਜਾਓ ਆਹੋ ਇੱਥੋਂ ਰਾਜ ਮਿਲ ਜਾਣੀ ਆ ਇਹ ਚੱਲ ਪੈਣਾ ਇੱਥੇ ਠੇਕੇ ਚੱਲੂ ਇਹ ਓਕੇ ਜਾਣ ਇੱਥੇ ਚੱਲਦਾ ਜਾਣਾ ਗੱਜ ਆਪਣਾ ਚੱਲ ਸਤਿ ਸ਼੍ਰੀ ਅਕਾਲ ਆ ਲਓ ਗਾਇਸ ਹੁਣ 14 ਪ੍ਰੋ ਸ਼ੂਟ ਹੋਣ ਡਿਆ ਹੁਣ ਦੇਖਿਓ ਬਸ ਹਨੇਰਾ ਆ ਗਿਆ ਹੁਣ ਤੁਹਾਨੂੰ ਪਤਾ ਕੁਆਲਿਟੀ ਨਾਲ ਕੰਪਰੋਮਾਈਜ਼ ਕਰਨਾ ਪੈਣਾ ਥੋੜ੍ਹਾ ਬਹੁਤਾ ਦੇ ਬਾਕੀ ਜਾ ਕੇ ਘਰੇ ਹੁਣ ਲਾਈਵ ਹੀ ਹੋਣਾ ਆਪਾਂ ਉਹ ਰਾਮ ਵੀ ਤੈਨੂੰ ਸਵਾਲ ਪੁੱਛਾਂ ਇੱਕ ਮੈਂ ਸੌਰਵ ਜੋਸ਼ੀ ਨੇ ਵਲੋਗ 'ਚ ਪੁੱਛਿਆ ਮੈਂ ਹੁਣੇ ਵੇਖ ਕੇ ਆਇਆ ਮੈਂ ਤੈਨੂੰ ਪੁੱਛਾਂ ਇੱਕ ਭੱਜ ਗਿਆ 10 ਕਿਲੋ ਸਮੋਸੇ 'ਚ 10 ਕਿਲੋ ਲੋਹੇ 'ਚ ਕਿਹੜੀ ਚੀਜ਼ ਭਾਰੀ ਹੋਊਗੀ 10 ਕਿਲੋ ਸਮੋਸੇ ਦੇ ਇੱਕ ਵਾਰ 10 ਕਿਲੋ ਲੋਹਾ ਉਹਦੇ ਜਦੋਂ ਵੇਟ ਹੀ 10 ਕਿਲੋ ਆ 10 ਕਿਲੋ ਸਮੋਸੇ 10 ਕਿਲੋ ਲੋਹਾ ਤੇ ਭਾਰਾ ਕਿੱਦਾਂ ਹੋ ਗਿਆ ਉਹਦੀ ਮਾਤਾ ਨੇ ਪੁੱਛਿਆ ਆਂਦਾ ਵੀ 10 ਕਿਲੋ ਸਮੋਸੇ ਖਾਵੇ ਉਹਦੀ ਸਮੋਸੇ ਲੋਹਾ ਭਾਰਾ ਹੈ ਸਵਾਲ ਸਹੀ ਪੁੱਛਿਆ ਸੌਰਵ ਜੋਸ਼ੀ ਦੀ ਮਾਤਾ ਨਾਲ ਮਾਰਾ ਤੇਜ ਆ ਠੀਕ ਆ ਲੋਹਾ ਇੰਨਾ ਕਿ 10 ਕਿਲੋ ਇੰਨਾ ਸਮੋਸੇ ਇੰਨੇ ਵੀ ਨੀ ਹੋਣੇ ਸੋ ਗਾਇਸ ਨੈਕਸਟ ਮਾਰਨਿੰਗ ਹੋ ਗਈ ਆ ਉੱਠ ਕੇ ਚਾਹ ਚੁ ਪੀਤੀ ਆ ਤੇ ਹੁਣ ਬਸ ਵਲੌਗ ਨੂੰ ਲੱਗੇ ਆਪਾਂ ਖਤਮ ਕਰਨ ਇੱਥੇ ਹੀ ਅਤੇ ਅੱਜ ਫੋਨ ਨੂੰ ਯੂਜ਼ ਯਾਜ਼ ਕਰਕੇ ਵੇਖਦੇ ਹਾਂ ਵੈਸੇ ਤਾਂ ਠੀਕ ਆ ਜਿੱਦਾਂ ਦਾ 14 ਪ੍ਰੋ ਮੈਕਸ ਨਹੀਂ ਉੱਦਾਂ ਦਾ 15 ਪ੍ਰੋ ਆ ਜਾਣ ਕੋਈ ਖਾਸ ਫਰਕ ਤਾਂ ਨਹੀਂ ਹੈਗਾ ਸੇਮ ਜਿਹਾ ਹੀ ਆ ਬਸ ਇੰਨਾ ਜਿਹੜਾ ਸਾਈਜ਼ ਬੜਾ ਨਿੱਕਾ ਜਿਹਾ ਅਤੇ ਬੈਟਰੀ ਬੈਕਅਪ ਬੜਾ ਘੱਟ ਹੈ ਇਹਦਾ ਅਤੇ ਬਾਕੀ ਤਾਂ ਬਿਲਕੁਲ ਵੈਲ ਐਂਡ ਗੁੱਡ ਆ ਓਕੇ ਸਾਰਾ ਕੁਛ ਸਹੀ ਚੱਲਣ ਡਿਆ ਬਾਕੀ ਇੰਨਾ ਚਲਾ ਕੇ ਆਪਾਂ ਲੈਣਾ ਕੀ ਅੱਗੇ ਕਿਹੜਾ ਆਪਾਂ ਆਈਫੋਨ ਚਲਾਇਆ ਨਹੀਂ ਕਦੀ ਵਾਧੂ ਔਰ ਆਈਫੋਨ ਚਲਾਇਆ ਆਪਾਂ ਅਤੇ ਬਸ ਕਰਦੇ ਹਾਂ ਵਲੌਗ ਨੂੰ ਖਤਮ ਮੰਮੀ ਨੂੰ ਇੱਕ ਸਵਾਲ ਪੁੱਛ ਲਈਏ ਹੋਰ ਆਪਾਂ ਇੱਕੋ ਸਵਾਲ ਪੁੱਛਣਾ ਮੰਮੀ ਨੂੰ ਹੋਰ ਬਸ ਮੰਮੀ ਹੋਰ ਸਵਾਲ ਪੁੱਛਾਂ ਇੱਕ ਹੋਰ ਆਪੇ ਲਵਾ ਦੇਣਗੇ ਉਹਨਾਂ ਦੇ ਸਵਾਲ ਪੁੱਛਾਂ ਕਿੱਥੇ ਅੱਗਾ ਦੁੱਧ ਤੇ ਤੂੰ ਵੀ ਰੱਖ ਕੇ ਵੇਖ ਲਾ ਕੰਜਰਾ ਮਿਰਸੂ ਦੇ ਸਵਾਲ ਪੁੱਛਾਂ ਇੱਕ ਅੰਨਾ ਬੰਦਾ ਕਿੰਚੀ ਕਿਦਾਂ ਆਵਾਂ ਤਾਂ ਜਿਹੜਾ ਲੈਬੜ ਮੂੰਹ ਤੇਰਾ ਦੱਸ ਤੂੰ ਥਾਂ ਨੂੰ ਰੋਈ ਜਾ ਤੈਨੂੰ ਨੂੰ ਕੱਖ ਮਿਲਣਾ ਦੱਸ ਅੰਨਾ ਬੰਦਾ ਕਿੰਚ ਕੇ ਮੰਗੂਗਾ ਮੈਨੂੰ ਹੁਣ ਕੀ ਪਤਾ ਮੈਂ ਕਿਹੜੇ ਪੜੇ ਲੈ ਧਾਰਨ ਮੁਖ ਗਾਣੇ ਆਉਂਦੇ ਮਾੜੇ ਚੰਗੇ ਜਾ ਵੇ ਤੈਨੂੰ ਪਤਾ ਨਹੀਂ ਅੰਨਾ ਬੰਦਾ ਕਿੰਚ ਕੇ ਮੰਗੂ ਤੇ ਗਾਇਸ ਵਿਰਸ ਆ ਜੇ ਨਹੀਂ ਪਟਣਾ ਜੇ ਕਿਦੋਂ ਕਾ ਟਿਕਾਣਾ ਲਾ ਦੇ ਕੋਈ ਨਹੀਂ ਧਾਰਨ ਮੁਖ ਬਾਬੇ ਦੇ ਪਹਿਲੀ ਰਾਤ ਮੈਂ ਦੀਵਾ ਬਾਲਿਆ ਉਹੜਾ ਲਾ ਦੇ ਲਾ ਦੇ ਕੀ ਆ ਡੱਬੇ ਕੀ ਲੈ ਗਏ ਆ ਆ ਡੱਬੇ ਕੀ ਲੈ ਗਏ ਆ ਦੁੱਧ ਦੁੱਧ ਵਜਾ ਰੱਖਿਆ ਨੂੰ ਬਾਹਰ ਪਾ ਦਿੰਦੇ ਲਿਖ ਲੈ ਇੰਨਾ ਆ ਦੁੱਧ ਵਿੱਚ ਨੰਬਰ ਮੈਨੂੰ ਤਾਂ ਲੱਸੀ ਜਾਪਦੀ ਆ ਚਾਚਾ ਲੱਸੀ ਤੇ ਗੁਰਦੁਆਰੇ ਖਰੀਦੀ